ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨ ਸ਼ਰਮਾ ਇੱਕ ਬੜਾ ਕਮਾਲ ਦਾ ਵੀਡੀਓ ਬਣਾਉਣ ਲੱਗਿਆ। ਸਿੱਧਾ ਸਿੱਧੀ ਗੱਲ ਕਰੂੰਗਾ, ਆਈਐਲਟੀਐਸ ਰੀਡਿੰਗ ਮੋਡਿਊਲ ਹੈ, ਮੈਚਿੰਗ ਪੜ੍ਹਾਊਂਗਾ ਅਤੇ ਮੈਚਿੰਗ ਐਵੇਂ ਦੇ ਪੜ੍ਹਾਊਂਗਾ ਕਿ ਚਾਰ ਆਪਸ਼ਨ ਨੇ, ਛੇ ਕੁਸ਼ਚਨ ਨੇ, ਕਰਨਾ ਕਿਵੇਂ ਆ, ਨਵੀਂ ਟੈਕਨੀਕ ਆ, ਨਵੀਂ ਟ੍ਰਿਕ ਆ। ਅਤੇ ਇੱਕ ਗੱਲ ਦਿਮਾਗ 'ਚ ਰੱਖ ਲਈਓ, ਜਿਹੜੇ ਜਿਹੜੇ ਬੱਚੇ ਆਈਐਲਟੀਐਸ ਕਰਦੇ ਆ, ਅਤੇ ਪਹਿਲੀ ਗੱਲ ਮੈਂ ਦੱਸਦਾ, ਕੈਨੇਡਾ ਬੰਦ ਨਹੀਂ ਹੋਇਆ ਅਤੇ ਨਾ ਹੋਊਗਾ, ਕੈਨੇਡਾ ਚੱਲਦਾ ਖਾਸਮ, ਉਹ ਪੰਜਾਬੀ ਉਹ ਆਪਣੇ ਸਿਰ 'ਤੇ ਆ। ਇਹ ਗੱਲ ਦਿਮਾਗ 'ਚ ਰੱਖ ਲਈਓ, ਆਪਣੇ ਨਿਆਣੇ ਉੱਥੇ ਜਾ ਕੇ ਫੀਸਾਂ ਭਰਦੇ ਆ, ਆਪਣੇ ਨਿਆਣੇ ਉੱਥੇ ਜਾ ਕੇ ਕੰਮ ਕਰਦੇ ਆ, ਇਕੋਨਮੀ ਸਾਂਭੀ ਬੈਠੇ ਹੋ, ਟੈਨਸ਼ਨ ਨਾ ਲਓ। ਹਾਂ, ਇਹ ਜ਼ਰੂਰ ਹੈ, 5-5.5 ਜਣੇ ਨੂੰ ਉਹਨਾਂ ਨੇ ਪੁੱਛਣਾ ਨਹੀਂ ਹੈਗਾ, ਇੱਕ ਜਿਹੜਾ ਕੈਪ ਲੱਗਿਆ, ਇੱਕ ਰੇਸ਼ੋ ਹੈ, ਇੰਨੇ ਕੁ ਬੱਚੇ ਚਾਹੀਦੇ ਆ, ਪਰ ਵਧੀਆ ਕੁਆਲਿਟੀ ਦੇ ਚਾਹੀਦੇ ਆ। ਅਤੇ ਜੇ ਫਿਰ ਮਿੱਤਰ ਪਿਆਰੇ ਵਧੀਆ ਕੁਆਲਿਟੀ ਦੇ ਬੱਚੇ ਬੈਂਡ ਆਉਣਗੇ ਤਾਂ ਬੈਂਡ ਪੜ੍ਹਨਾ ਕਿਹਦੇ ਕੋਲ ਆ, ਵਨ ਐਂਡ ਓਨਲੀ ਹਮ ਪੜ੍ਹਾਏਂਗੇ ਆਪਕੋ। ਆਈਐਲਟੀਐਸ ਦੀਆਂ ਆਨਲਾਈਨ ਅਤੇ ਆਫਲਾਈਨ ਕਲਾਸਿਸ ਮੈਂ ਪੜ੍ਹਾਉਂਦਾ, ਅਤੇ ਆਹ ਮੇਰਾ ਕੰਟੈਕਟ ਨੰਬਰ ਹੈ, ਮੈਨੂੰ ਮੈਸੇਜ ਕਰੋ ਜਦੋਂ ਮਰਜ਼ੀ, ਮੈਂ ਤੁਹਾਨੂੰ ਰਿਪਲਾਈ ਕਰੂੰਗਾ। ਅਤੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਮੈਂ, ਮਾਰਕੀਟ ਦੇ ਵਿੱਚ ਆਈਐਲਟੀਐਸ ਰਾਈਟਿੰਗ ਦੀਆਂ ਹਜ਼ਾਰਾਂ ਕਿਤਾਬਾਂ ਤੁਹਾਨੂੰ ਮਿਲ ਜਾਣਗੀਆਂ। ਮੈਂ ਇੱਕ ਐਵੇਂ ਦੀ ਕਿਤਾਬ ਤੁਹਾਡੇ ਅੱਗੇ ਲੈ ਕੇ ਆਊਂਗਾ ਜਿਹਦੇ 'ਚ ਬਹੁਤ ਸਿੰਪਲ ਰਾਈਟਿੰਗ, ਇੰਨੇ ਵਧੀਆ ਤਰੀਕੇ ਨਾਲ, ਸਟਰਕਚਰ ਨਾਲ, ਲੇਟੈਸਟ ਟੋਪਿਕ ਨਾਲ, ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਦੇ ਬੱਚਿਆਂ ਨੂੰ ਪੇਪਰਾਂ 'ਚ ਉਹ ਰਾਈਟਿੰਗ 'ਚੋਂ ਟੋਪਿਕ ਆ ਸਕਦੇ ਆ, ਅਤੇ ਆਉਣਗੇ ਵੀ, ਕਿਉਂਕਿ ਮੈਂ ਜਮੀ ਸ਼ੋਰ ਕਿਉਂ ਨਹੀਂ ਕਰਦਾ, ਨਹੀਂ ਜਵਾਕ ਲਿਖ ਲੈਂਦਾ ਵੀ ਤੂੰ ਤਾਂ ਕਹਿ ਦੀ ਆਊਗਾ ਆਇਆ ਕਿਉਂ ਨਹੀਂ, ਤਾਂ ਬੇਨਤੀ ਇਹ ਆ, ਮੈਂ ਜਮੀ ਲੇਟੈਸਟ ਚੀਜ਼ ਪੜ੍ਹਾਈ ਆ। ਅਤੇ ਸਭ ਤੋਂ ਕਮਾਲ ਦੀ ਗੱਲ ਹੈ, ਕਿਸੇ ਚੈਟ GPT ਜਾਂ ਗੂਗਲ ਤੋਂ ਚੱਕ ਕੇ ਕੋਈ ਮਟੀਰੀਅਲ ਨਹੀਂ ਬਣਾਇਆ, ਮੇਰੇ ਹੈਂਡਮੇਡ ਹੈ। ਅਤੇ ਸਭ ਤੋਂ ਵਧੀਆ ਤਰੀਕਾ ਕੀ ਹੈਗਾ, ਜਿੰਨੀਆਂ ਰਾਈਟਿੰਗ ਦੀਆਂ ਟਾਈਪ ਨੇ ਉਹਨੂੰ 3-3 ਵਾਰ ਵੱਧ ਬਣਾਇਆ। ਫੋਰ ਐਗਜ਼ਾਮਪਲ, ਟੋਟਲ 8 ਟਾਈਪ 'ਚੋਂ ਐਸੇ ਆਉਂਦਾ, ਮੈਂ 24 ਟਾਈਪ ਦਿੱਤੀਆਂ, ਮਤਲਬ 24 ਇੱਕ ਸਟਰਕਚਰ ਦਿੱਤੇ, 24 ਇੱਕ ਸੈਂਪਲ ਦਿੱਤੇ, ਅਤੇ 24 ਤੁਹਾਨੂੰ ਲਿਖਣ ਦੇ ਲਈ ਟੋਪਿਕ ਦਿੱਤੇ। 72 ਟੋਪਿਕ ਨੇ, ਇੱਕ ਮਹੀਨੇ 'ਚ ਤੁਸੀਂ ਤਿਆਰੀ ਕਰ ਸਕਦੇ ਹਾਂ। ਅਤੇ ਉਹਦਾ ਪ੍ਰਾਈਜ਼ ਜਿਹੜਾ ਮੈਂ ਰੱਖੇ ਹੈਗਾ PDF ਦਾ, 99 rupees ਓਨਲੀ, 99 rupees 'ਚ ਮੇਰੀ ਕਿਤਾਬ ਤੁਹਾਨੂੰ ਮਿਲ ਜੂਗੀ, ਅਤੇ ਬਹੁਤ ਜਲਦੀ ਲਾਂਚ ਕਰੂੰਗਾ, ਅਤੇ ਕਮੈਂਟਾਂ 'ਚ ਦੱਸਿਓ। ਅਤੇ ਇੱਕ ਮੇਰੀ ਬੇਨਤੀ ਆ ਕਿ ਕਿਸੇ ਮਰਜ਼ੀ ਨਾਲ ਕੰਪੇਅਰ ਕਰ ਲਈਓ, ਅਤੇ ਫਿਰ ਬੱਚੇ ਐ ਨਾ ਵੇਟ ਕਰੇ ਕਿ ਰਮਨ ਸਰ ਤੁਹਾਡਾ Part 2 ਕਿਤਾਬ ਦਾ ਕਦੋਂ ਆਊਗਾ, ਫਿਰ ਮੈਂ ਕਹਦਾ ਰਮਨ, ਮਤਲਬ ਆਪਦੇ ਹੱਥੀਂ ਤਿਆਰ ਕਰੀਏ ਬਾਈ ਜੀ। ਗੱਲ ਖਤਮ, ਸ਼ੁਰੂ ਕਰਦੇ ਹਾਂ ਅੱਜ ਦਾ ਆਈਐਲਟੀਐਸ ਦਾ ਜਿਹੜਾ ਮੇਰਾ ਮੋਡਿਊਲ ਹੈ, ਰੀਡਿੰਗ, ਅਤੇ ਰੀਡਿੰਗ ਨੂੰ ਮੈਂ ਕਿਵੇਂ ਪੜ੍ਹਾਊਂਗਾ। ਅਤੇ ਜਿਹੜੇ ਜਿਹੜੇ ਬੱਚਿਆਂ ਨੂੰ ਲੱਗਦਾ ਹੈਗਾ ਕਿ ਰੀਡਿੰਗ ਸਾਨੂੰ ਬੋਰਿੰਗ ਹੈ, ਮਜ਼ਾ ਨਹੀਂ ਆਉਂਦਾ ਪੜ੍ਹਨ ਦਾ, ਡਾਊਟ ਰਹਿ ਜਾਂਦੇ ਆ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸਰ ਕੁਸ਼ਚਨ ਨਾ ਮਤਲਬ ਸਹੀ ਨਹੀਂ ਹੁੰਦੇ ਯਾਰ, ਮੁੱਖ ਦੀ ਗੱਲ ਇਹ ਆ, ਹਮ ਹੈ ਤੋ ਕਿਆ ਗਮ ਹੈ, ਦਿਖਾਉਂਦਾ ਫਿਰ ਮੈਂ ਕੀ ਚੀਜ਼ ਹਾਂ। ਠੀਕ ਆ, ਕਹਿਣ ਦਾ ਮਤਲਬ ਕਿ ਆਪਾਂ ਤਾਂ ਕੁਸ਼ਚਨ ਟਾਈਪ ਹੈ ਜਿਹੜੀ, ਉਹਦਾ ਜਿਹੜਾ ਮੀਨਿੰਗ ਆ, ਐਕਸਟ੍ਰੈਕਸ਼ਨ ਐਂਡ ਪਿਓਰੀਫਿਕੇਸ਼ਨ ਆਫ ਡਰਿੰਕਿੰਗ ਵਾਟਰ। ਮੈਨੂੰ ਨਾ ਐਕਸਟ੍ਰੈਕਸ਼ਨ, ਚਲੋ ਮੈਨੂੰ ਨਹੀਂ ਪਤਾ ਕੀ ਹੁੰਦਾ, ਪਿਓਰੀਫਿਕੇਸ਼ਨ ਮੈਨੂੰ ਪਤਾ ਕਿ ਜਦੋਂ ਆਪਾਂ ਪਿਓਰੀਫਾਈ ਕਰਦੇ ਹਾਂ ਪਾਣੀ ਨੂੰ, ਡਰਿੰਕਿੰਗ ਵਾਟਰ ਨੂੰ। ਚਲੋ, ਕੁਸ਼ਚਨ ਕਾਇੰਡ ਹੈ ਜਿਹੜੀ ਡੀਅਰ, ਉਹ ਕੁਛ ਇਸ ਤਰੀਕੇ ਦੀ ਆ, 6-11 ਕੁਸ਼ਚਨ ਨੇ ਮਾਈ ਡੀਅਰ, 6-11। ਅਤੇ ਇੱਕ ਨੀਚੇ ਨਾ ਇਹਦਾ ਆ ਦਿੱਤਾ ਹੋਇਆ, ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵੰਸ। ਅਤੇ ਮੈਂ ਦੱਸਣਾ ਚਾਹੁੰਦਾ ਮੇਰੇ ਸਟੂਡੈਂਟਸ ਨੂੰ ਕਿ ਆਪਣੇ ਕੋਲ ਨਾ ਆਪਸ਼ਨ ਨੇ A, B, C ਅਤੇ D, ਮਤਲਬ ਆਹ ਚਾਰ ਸਾਡੇ ਕੋਲ ਨਾਮ ਨੇ, ਇਹਨੂੰ ਅਸੀਂ ਮੈਚਿੰਗ ਕਹਿੰਦੇ ਹੁੰਦੇ ਹਾਂ, ਅਸੀਂ ਮੈਚ ਕਰਨਾ ਹੈਗਾ। ਹੁਣ ਇਹ ਦੱਸਣਾ ਹੈਗਾ ਕਿ ਇਹਨਾਂ ਦੇ ਵਿੱਚੋਂ, ਮਤਲਬ ਇੱਕ ਦਾ ਆਂਸਰ ਆ ਗਿਆ A, ਮਤਲਬ ਇਹਦਾ ਆਂਸਰ ਆ ਗਿਆ B, ਇਹਦਾ C, ਇਹਦਾ D, ਫਿਰ ਆ ਬਈ 2 ਬਚ ਗਏ, ਇਹਨਾਂ ਦੇ ਆਂਸਰ ਕਿਹੜੇ ਨੇ। ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਰਿਵਰਸ ਔਸਮੋਸਿਸ ਹੈ, ਭਾਵੇਂ ਇਹਨੇ ਕੋਈ 2 ਵਾਰ ਗੱਲਾਂ ਕਰੀਆਂ ਹੋਣ, ਭਾਵੇਂ UV ਲਾਈਟ ਨੇ 2 ਵਾਰ ਗੱਲਾਂ ਕਰੀਆਂ ਹੋਣ, ਕਹਿਣ ਦਾ ਮਤਲਬ ਹੈਗਾ ਕਿ ABCD ਤਾਂ ਸਾਰਿਆਂ ਦੇ ਵਿੱਚ ਆਊਗਾ ਹੀ ਆਊਗਾ, ਅਤੇ 2 ਕੁਸ਼ਚਨ ਜਿਹੜੇ ਪੈਂਡਿੰਗ ਨੇ ਨਾ, ਉਹ ਭਾਵੇਂ 2 ਏ ਆਣ, 2 ਬੀ ਆਣ, 2 ਸੀ, 2 ਡੀ, ਕਿਵੇਂ ਆਉਣਗੇ, ਸਭ ਤੋਂ ਪਹਿਲਾਂ ਮੈਥਡ ਸਿੱਖ ਲਓ। ਜੇ ਕਿਸੇ ਬੱਚੇ ਨੂੰ ਆਹ ਲੱਗਦਾ ਨਾ, ਉਹ ਆਈਐਲਟੀਐਸ ਕਰਦਾ, ਅਤੇ ਉਹਨੂੰ ਲੱਗਦਾ ਕਿ ਮੈਚਿੰਗ ਨੂੰ ਸੋਲਵ ਕਰਨ ਦਾ ਇੱਕੋ ਇੱਕ ਤਰੀਕਾ, ਪਤਾ ਕਿਹੜਾ, ਪਹਿਲਾਂ ਮੈਂ ਕਰੂੰਗਾ 6, ਫਿਰ ਕਰੂੰਗਾ 7,
ਫਿਰ ਕਰੂੰਗਾ ਅੱਠਵਾਂ 100% ਰੋਂਗ ਮੈਥਡ ਹੈ। ਮੈਚਿੰਗ ਕਦੇ ਸੀਕੁਐਂਸ 'ਚ ਨਹੀਂ ਹੁੰਦੀ। ਜਰਨਲ ਅਕੈਡਮਿਕ ਇੰਡੀਆ ਕਨੇਡਾ ਦੁਬਈ ਜਿੱਥੇ ਮਰਜ਼ੀ ਭਾਵੇਂ ਪਾਕਿਸਤਾਨ ਦੇ ਬੱਚੇ ਮੇਰੇ ਕੋਲ ਪੜ੍ਹਦੇ ਆ ਉਹਨਾਂ ਨੂੰ ਇੱਕ ਗੱਲ ਕਹਿੰਦਾ, ਫਾਈਨਲ ਪੇਪਰ 'ਚ ਮੈਚਿੰਗ ਤੁਹਾਨੂੰ ਆਊਗਾ ਹੀ ਆਊਗਾ। ਅਤੇ ਸੋਲਵ ਕਰਨ ਦੇ ਲਈ ਸਭ ਤੋਂ ਪਹਿਲੇ ਨੰਬਰ 'ਤੇ ਕੀ ਕਰਨਾ ਹੈਗਾ, ਜਿੰਨੇ ਵੀ ਨਾਮ ਹੋਣਗੇ, ਅੱਜ ਮੇਰੇ ਕੋਲ 4 ਨੇਮ ਨੇ, 4 ਕਿਹੜੇ ਕਿਹੜੇ ਨੇ ਆ ਰਹੇ, ਰਿਵਰਸ ਓਸਮੋਸਿਸ, ਯੂ ਵੀ ਲਾਈਟ ਟ੍ਰੀਟਮੈਂਟ, ਕਲੋਰੀਨੇਸ਼ਨ ਅਤੇ ਡਿਸਟੀਲੇਸ਼ਨ। ਸਭ ਤੋਂ ਪਹਿਲਾਂ ਜਿੰਨੇ ਵੀ ਨਾਮ ਹੋਣਗੇ ਨਾ, ਇਹਨੂੰ ਪੈਰਾਗ੍ਰਾਫ ਦੇ ਵਿੱਚ ਜਾ ਕੇ ਅੰਡਰਲਾਈਨ ਕਰ ਲਓ, ਹੋਰ ਕੁਛ ਨਹੀਂ ਕਰਨਾ। ਭਾਵੇਂ 4 ਨੇ 4 ਕਰ ਲਓ, 10 ਹੁੰਦੇ 10 ਕਰ ਲਓ, ਜਿੰਨੇ ਮਰਜ਼ੀ ਹੁੰਦੇ। ਮੈਚਿੰਗ ਨੂੰ ਕਰਨ ਦਾ ਸਭ ਤੋਂ ਪਹਿਲਾ ਰੂਲ ਹੈ ਟਾਈਮ ਸੇਵਿੰਗ ਅਤੇ ਸ਼ੋਰਟੀ, ਮੇਰੀ ਜ਼ਿੰਮੇਵਾਰੀ। ਮੈਂ ਪੈਰਾਗ੍ਰਾਫ 'ਚ ਆਇਆ, ਮੈਂ ਪੈਰਾਗ੍ਰਾਫ 'ਚ ਆ ਕੇ ਕੀ ਕੀਤਾ, ਜੇ ਤੁਹਾਡੀ ਮੈਂ ਨਿਗਾਹ ਮਰਵਾਵਾਂ, ਰਿਵਰਸ ਓਸਮੋਸਿਸ ਇੱਥੇ ਲਿਖਿਆ ਹੋਇਆ ਸੀ, ਮੈਨੇ ਤੁਹਾਡੇ ਲਈ ਇਹਨੇ ਜ਼ੂਮ ਕਰ ਲਿਆ, ਮਤਲਬ ਮੈਨੂੰ ਪਤਾ ਲੱਗਿਆ ਕਿ ਮੈਨੂੰ ਪਹਿਲਾਂ ਮਿਲ ਗਿਆ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਮੈਨੂੰ ਪਤਾ ਲੱਗਿਆ ਕਿ ਆ ਰਿਹਾ ਯੂ ਵੀ, ਵੈਰੀ ਗੁੱਡ, ਯੂ ਵੀ 2 ਹੋ ਗਏ। ਉਸ ਤੋਂ ਬਾਅਦ ਤੀਜੇ ਨੰਬਰ 'ਤੇ ਮੈਨੂੰ ਕਿਤੇ ਨਾ ਕਿਤੇ ਆ ਬੈਠਾ ਕਲੋਰੀਨੇਸ਼ਨ, ਵੈਰੀ ਗੁੱਡ, 3 ਹੋ ਗਏ। ਅਤੇ ਉਸ ਤੋਂ ਬਾਅਦ ਆ ਡਿਸਟੀਲੇਸ਼ਨ, ਮਤਲਬ ਮੈਨੂੰ 4 ਦੇ 4 ਦੇ ਜਿਹੜੇ ਉਹ ਮਿਲ ਗਏ, ਦੈਟਸ ਇਟ। ਮਤਲਬ ਕੀ ਹੈਗਾ ਕਿ ਜਿੰਨੇ ਵੀ ਬੱਚੇ ਨੇ ਉਹਨਾਂ ਨੇ ਕੁਛ ਨਹੀਂ ਕਰਨਾ, ਆਪਾਂ ਕੁਛ ਨਹੀਂ ਕੀਤਾ, ਜਿੰਨੇ ਨਾਮ ਸੀ ਨਾ ਮੈਂ ਨਾਮ ਦੇ ਨਾਮ ਲੱਭ ਲਏ, ਦੈਟਸ ਇਟ। ਮੈਨੇ ਕੀ ਕੀਤਾ ਮੇਰੇ ਬੱਚੇ, ਆ ਜਿਹੜੇ ਨਾਮ ਸੀ ਤੁਹਾਡੇ ਗਿਆ ਰੱਖੇ ਨਾ, ਰਿਵਰਸ ਓਸਮੋਸਿਸ ਅਤੇ ਪ੍ਰੋਨਨਸੀਏਸ਼ਨ ਮੈਟਰ ਨਹੀਂ ਕਰਦੀ। ਹੁਣ ਮੈਂ ਕੀ ਕਰਨਾ ਹੈ, ਫੋਰ ਐਗਜ਼ਾਮਪਲ ਪਹਿਲੇ ਨੰਬਰ 'ਤੇ ਕਿੱਥੇ ਲੱਭਿਆ ਸੀ, ਆ ਰਿਵਰਸ ਓਸਮੋਸਿਸ ਲੱਭਿਆ ਸੀ। ਮੇਰੇ ਸਟੂਡੈਂਟਸ, ਤੁਸੀਂ ਕਰਨਾ ਕੀ ਹੈ ਮੇਰੇ ਬੱਚੇ, ਆਪਾਂ ਇਹਨੂੰ ਪਤਾ ਕਿੰਨਾ ਪੜ੍ਹਨਾ, ਰਿਵਰਸ ਓਸਮੋਸਿਸ। ਚਲੋ ਆਹ ਪੈਰਾਗ੍ਰਾਫ ਪੜ੍ਹੀਏ ਆਪਾਂ, ਚਲੋ ਪੜ੍ਹਦੇ ਹਾਂ, ਠੀਕ ਹੈ। ਕਹਿੰਦਾ ਸਮ, ਇੱਥੇ ਪੜ੍ਹ ਦਿਓ, ਭਾਵੇਂ ਅ ਕੋਮਨ ਫਿਲਟਰਿੰਗ ਪ੍ਰੋਸੀਜਰ ਹੈ, ਇੱਕ ਜਿਹੜਾ ਪਾਣੀ ਫਿਲਟਰ ਵਾਲਾ ਅਸੀਂ ਪੀਂਦੇ ਹਾਂ, ਇੱਕ ਕੋਮਨ ਪ੍ਰੋਸੀਜਰ ਹੈ ਨੋਨ ਐਜ਼ ਰਿਵਰਸ ਓਸਮੋਸਿਸ, ਜਿਹਨੂੰ ਆਰ ਓ ਕਹਿੰਦੇ ਆ ਸਾਡੇ ਘਰੇ, ਆਰ ਓ ਲੱਗੇ ਹੈ, ਅਤੇ ਫੁੱਲ ਫੋਰਮ ਅੱਜ ਮੈਂ ਦੱਸਦੀ ਤੁਹਾਨੂੰ, ਠੀਕ ਆ। ਇਨਵੋਲਵਸ ਦਾ ਵਾਟਰ ਬੀਂਗ ਪ੍ਰੈਸਡ ਥਰੂ ਮਾਈਕਰੋਸਕੋਪਿਕ ਮੈਂਬਰਾਂਸ ਦੈਟ ਪ੍ਰੀਵੈਂਟ ਲਾਰਜਰ ਕੰਟੈਮੀਨੈਂਟ ਫਰੋਮ ਪਾਸਿੰਗ ਥਰੂ। ਵੋਕੈਬਲਰੀ ਵੀ ਸਿਖਾ ਦਿੰਦੇ ਹਾਂ ਤੁਹਾਨੂੰ, ਬੜੀ ਵਧੀਆ ਹੁੰਦੀ ਹੈ। ਦੇਖੋ, ਇੱਕ ਕੋਮਨ ਫਿਲਟਰਿੰਗ ਦਾ, ਫਿਲਟਰ ਮਤਲਬ ਜਦੋਂ ਆਪਾਂ ਪਾਣੀ ਫਿਲਟਰ ਕਰਦੇ ਹਾਂਗੇ, ਆਰ ਓ ਇੱਕ ਮੇਨ ਹੈ, ਇਹ 'ਚ ਹੁੰਦਾ ਕੀ ਆ, ਮਾਈਕਰੋਸਕੋਪਿਕ ਮੈਂਬਰਾਂਸ ਹੁੰਦੇ ਨੇ, ਮਤਲਬ ਇੱਕ ਨਾ ਜਾਲੀ ਹੁੰਦੀ ਹੈ ਇਹਦੇ 'ਚ, ਐਂ ਲਾ ਲਓ ਜਾਲੀ, ਇੰਨੀ ਬਰੀਕ ਜਾਲੀ ਹੁੰਦੀ ਹੈ ਕਿ ਪਾਣੀ ਇਹਦੇ ਵਿੱਚੋਂ ਜਦੋਂ ਲੰਘਦਾ ਨਾ, ਉਹ ਜਿਹੜਾ ਸਾਫ਼ ਸੁਥਰਾ ਪਾਣੀ ਹੁੰਦਾ ਉਹ ਇੱਧਰ ਰਹਿ ਜਾਂਦਾ, ਆ ਜਿਹੜਾ ਬਾਕੀ ਖਰਾਬ ਵੇਸਟ ਹੁੰਦਾ ਉਹ ਇੱਧਰ ਰਹਿ ਜਾਂਦਾ ਹੈਗਾ। ਇਹ 'ਚ ਕੀ ਆ, ਕੰਟੈਮੀਨੇਟ ਹੁੰਦੇ, ਜਿਹੜੇ ਪੋਲਿਊਟਡ ਚੀਜ਼ਾਂ ਹੁੰਦੀਆਂ ਨੇ, ਠੀਕ ਆ। ਦ ਮਾਈਕਰੋਸਕੋਪਿਕ ਸਾਈਜ਼ ਆਫ ਦੀਜ਼ ਹੋਲਸ ਇਜ਼ ਸੱਚ ਦੈਟ ਦੇ ਕੈਨ ਈਵਨ ਓਬਸਟਰਕਟ ਜਰਮਸ। ਇੰਨੀਆਂ ਬਰੀਕ ਜਾਲੀਆਂ ਹੁੰਦੀਆਂ ਨੇ ਕਿ ਉਹ 'ਚ ਜਰਮ ਵੀ ਨਹੀਂ ਲੱਗਦਾ। ਜਰਮ ਕਿੰਨਾ, ਮਤਲਬ ਤੁਸੀਂ ਇਹਨਾਂ ਨੂੰ ਕਿੰਨਾ ਬਰੀਕ ਹੁੰਦਾ, ਬਟ ਦੇ ਆਰ ਮੋਸਟ ਇਫੈਕਟਿਵ ਅਗੇਂਸਟ ਅਨਡਿਜ਼ਾਇਰੇਬਲ ਮਟੀਰੀਅਲ ਸੱਚ ਐਜ ਸਾਲਟ, ਨਾਈਟ੍ਰੇਟ ਜਾਂ ਲਾਈਮ ਸਕੇਲ, ਮਤਲਬ ਐਵੇਂ ਦੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਹੁੰਦੀਆਂ। ਮਤਲਬ ਨਾ ਉਹ 'ਚੋਂ ਨਮਕ ਟੱਪਦਾ, ਨਾਈਟ੍ਰੇਟ ਵੀ ਨਹੀਂ ਟੱਪਦਾ, ਲਾਈਮ ਸਕੇਲ ਆਪਾਂ ਨੂੰ ਇੰਨਾ ਕੁ ਪਤਾ ਲੱਗਿਆ ਕਿ ਆਰ ਓ ਕੀ ਹੈ, ਉਹਦੇ 'ਚ ਇੱਕ ਜਾਲੀ ਲੱਗ ਰਹੀ ਹੈ, ਉਹ 'ਚੋਂ ਪਾਣੀ ਲੱਗਦਾ, ਉਹ ਇੰਨੀਆਂ ਬਰੀਕ ਮੋਰੀਆਂ ਨੇ ਕਿ ਉਹ ਸਾਰੀਆਂ ਜਿਹੜੀਆਂ ਪੋਲਿਊਟਡ ਚੀਜ਼ਾਂ ਨੇ ਉਹਨੂੰ ਇੱਧਰ ਰੱਖ ਲੈਂਦੀਆਂ, ਸਾਫ਼ ਪਾਣੀ ਅੱਗੇ ਚੱਲ ਜਾਂਦਾ ਹੈਗਾ। ਵਨ ਡਿਸਐਡਵਾਂਟੇਜ, ਓ ਮਾਈ ਗੋਡ, ਇਹਦਾ ਇੱਕ ਡਿਸਐਡਵਾਂਟੇਜ ਵੀ ਆ, ਰਿਵਰਸ ਓਸਮੋਸਿਸ ਦਾ, ਆਰ ਓ ਦਾ ਇੱਕ ਡਿਸਐਡਵਾਂਟੇਜ ਕੀ ਆ, ਦੈਟ ਅ ਲੋਟ ਆਫ ਅਨਯੂਜ਼ੇਬਲ ਵਾਟਰ ਇਜ਼ ਜਨਰੇਟਡ ਬਾਏ ਪ੍ਰੋਡਕਟ। ਕਿਹਨੇ ਕਿਹਨੇ ਪਤਾ ਆ ਗੱਲ ਦਾ ਕਿ ਆਪਣੇ ਆਰ ਓ ਦੇ ਨਾਲ ਇੱਕ ਪਾਈਪ ਲੱਗੀ ਹੁੰਦੀ ਹੈ ਅਤੇ ਉਹ 'ਚ ਸਾਰਾ ਦਿਨ ਪਾਣੀ ਨਿਕਲੀ ਜਾਂਦਾ ਹੁੰਦਾ ਹੈਗਾ। ਕਹਿੰਦਾ ਇਹਦੀ ਇੱਕ ਪਸਾ ਮਾੜੀ ਗੱਲ ਹੈ ਕਿ ਇਹ ਪਾਣੀ ਦੀ ਵੇਸਟੇਜ ਬਹੁਤ ਕਰਦਾ ਹੈਗਾ, ਦੈਟਸ ਇਟ। ਹੁਣ ਆਪਾਂ ਨੂੰ ਇਹ ਪਤਾ ਲੱਗਿਆ ਕਿ ਇੱਕ ਆਰ ਓ ਹੈ, ਹੁਣ ਆਪਣੇ ਦਿਮਾਗ 'ਚ ਓਵਰਆਲ ਗੱਲ ਬਿਠਾਓ ਕੀ ਹੈ। ਦੇਖਿਓ, ਆਰ ਓ ਉਹ 'ਚ ਇੱਕ ਜਾਲੀ ਹੈ, ਮਾਈਕਰੋਸਕੋਪਿਕ, ਇੰਨੀਆਂ ਜ਼ਿਆਦਾ ਜਰਮ ਵੀ ਨਹੀਂ ਲੱਗਣ ਦੀ, ਸਾਲਟ ਵੀ ਲੱਗਣ ਦੀ, ਸਾਫ਼ ਸਫਾਈ ਕਰਦੀਆਂ ਨੇ, ਪਰ ਇਹਦਾ ਡਿਸਐਡਵਾਂਟੇਜ ਹੈ ਪਾਣੀ ਦਾ ਵੇਸਟੇਜ ਵੀ ਬਹੁਤ ਹੁੰਦਾ ਹੈਗਾ, ਠੀਕ ਹੈ। ਹੁਣ ਇਹ 'ਚੋਂ ਤੁਸੀਂ ਦੇਖੋ ਵੀ ਤੁਹਾਨੂੰ ਇੱਕ ਤਾਂ ਕੁਸ਼ਚਨ ਪੱਕਾ ਹੋਏਗਾ ਹੀ ਹੋਏਗਾ
ਕਿ ਦੋ ਲੱਭਦੇ ਨੇ ਕਿ ਨਹੀਂ ਲੱਭਦੇ। ਐਂਸਰ ਕਰਨ ਦੇ ਲਈ ਤੁਹਾਨੂੰ ਪਤਾ ਕੀ ਕਰਨਾ, ਲੁੱਕ, ਇਟ ਕੰਟੀਨਿਊ ਟੂ ਪ੍ਰੋਟੈਕਟ ਵਾਟਰ ਇਜ਼ ਬੀਂਗ ਟਰਾਂਸਪੋਰਟਡ, ਇਹ ਤਾਂ ਬਿਲਕੁਲ ਵੀ ਨਹੀਂ ਗੱਲ ਕਰੀ, ਆਹ ਤਾਂ ਐਂਸਰ ਹੋ ਨਹੀਂ ਸਕਦਾ, ਵਾਟਰ ਟਰਾਂਸਪੋਰਟ ਦੀ ਗੱਲ ਨਹੀਂ ਹੋਈ। ਇਟ ਇਜ਼ ਪਰਟੀਕੁਲਰਲੀ ਯੂਜ਼ਫੁਲ ਡਿਊਰਿੰਗ ਐਮਰਜੈਂਸੀ, ਐਮਰਜੈਂਸੀ ਦੇ ਦੌਰਾਨ ਬਿਲਕੁਲ ਵੀ ਨਹੀਂ ਹੈਗਾ, ਓਕੇ। ਇਟ ਯੂਜਿਸ ਅ ਫਿਜ਼ੀਕਲ ਬੈਰੀਅਰ ਟੂ ਸੈਪਰੇਟ ਅਨਵਾਂਟਡ ਮੈਟਰ ਫਰੋਮ ਵਾਟਰ, ਹਾਂ ਇਹ ਬਿਲਕੁਲ ਸੀਗੀ, ਫਿਜ਼ੀਕਲ ਬੈਰੀਅਰ ਕਿਹੜੇ ਨੇ, ਉਹ ਜਿਹੜੀ ਜਾਲੀ ਹੈ, ਉਹ ਜਿਹੜਾ ਫਿਜ਼ੀਕਲ ਬੈਰੀਅਰ ਇਹੀ ਹੈ ਨਾ, ਤਾਂ ਸੈਪਰੇਟ ਕਰਦੇ ਨੇ ਉਹ ਸਾਲਟ ਨੂੰ, ਨਾਈਟ੍ਰੇਸ਼ਨ ਜਿਹੜਾ ਮਰਜ਼ੀ ਸੀ ਉਹਨੂੰ ਸੈਪਰੇਟ ਕਰਦੇ ਨੇ, 100% ਮੈਨੂੰ ਪਤਾ ਲੱਗਿਆ ਪਾਣੀ ਦੇ ਅਨਵਾਂਟਡ ਜਿਹੜੇ ਕੰਟੈਮੀਨੇਟ ਸੀ ਉਹਨੂੰ ਦੂਰ ਕਰਦੇ ਆ, ਇਹਦਾ ਐਂਸਰ ਆ ਗਿਆ ਏ। ਹੁਣ ਮੈਂ ਇਹ ਦੇਖਾਂ ਕਿਤੇ ਹੋਰ ਤਾਂ ਨਹੀਂ ਕੋਈ ਮੈਚ ਹੋ ਰਿਹਾ ਮੇਰਾ। ਇਟ ਪ੍ਰੀਵੈਂਟ ਬੈਕਟੀਰੀਆ ਫਰੋਮ ਰੀਪ੍ਰੋਡਿਊਸਿੰਗ, ਬੈਕਟੀਰੀਆ ਰੀਪ੍ਰੋਡਿਊਸ ਬਿਲਕੁਲ ਵੀ ਨਹੀਂ ਹੈਗਾ। ਇਟ ਰਿਮੂਵਿਸ ਆਲ ਮਿਨਰਲ, ਨਹੀਂ 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 ਸਾਰੇ ਮਿਨਰਲ ਨਹੀਂ ਮਰਦੇ, ਕਹਿੰਦਾ ਇਟ ਪ੍ਰੋਡਿਊਸਿਸ ਆ ਲੋਟ ਆਫ ਵੇਸਟ ਵਾਟਰ। ਕਿਹਾ ਸੀ ਨਾ ਲਾਸਟ 'ਤੇ ਆ ਕੇ ਆਪਣੇ ਪੜ੍ਹਿਆ ਸੀ ਨਾ ਵੀ ਇਹ 'ਚੋਂ ਪਾਣੀ ਯਾਰ, ਪਾਣੀ ਵੇਸਟ ਬਹੁਤ ਹੁੰਦਾ ਹੈਗਾ, ਤਾਂ ਮੈਨੂੰ ਇਹ ਪਤਾ ਲੱਗਾ ਕਿ ਹਾਂ ਇਹ ਵੇਸਟ ਵੀ ਕਰਦਾ ਹੈ। ਤਾਂ ਜਿਹੜੇ ਦੋ ਕੁਸ਼ਚਨ ਨੇ ਕਿਹੜਾ ਕਿਹੜਾ, 8ਵਾਂ ਅਤੇ 11ਵਾਂ, ਇਹਨਾਂ ਦਾ ਚੁੱਪ ਕਰਕੇ ਐਂਸਰ ਆ ਗਿਆ ਏ। ਐਵੇਂ ਪੜ੍ਹਨਾ ਹੈਗਾ, ਮਤਲਬ ਕਿਉਂਕਿ ਉੱਧਰ ਆਪਸ਼ਨ ਘੱਟ ਸੀ ਨਾ ਤਾਂ ਡਬਲ ਆ ਗਏ, ਅਤੇ ਉਰੇ ਲਿਖਿਆ ਹੋਇਆ ਨਾ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵੰਸ, ਆਹੀ ਤਰੀਕਾ ਵੀਰੇ, ਮੈਨੂੰ ਹੋਰ ਕੋਈ ਮੰਤਰ ਨਹੀਂ ਆਉਂਦਾ। ਜੇ ਕੋਈ ਮੇਰੇ ਕੋਲ ਪੜ੍ਹਦਾ ਜਾਂ ਮੇਰੇ ਕੋਲ ਔਨਲਾਈਨ ਕਲਾਸਾਂ ਪੜ੍ਹਦਾ ਹੈਗਾ, ਮੈਂ ਤਾਂ ਐਵੇਂ ਪੜ੍ਹਾਉਂਦਾ। ਚਲੋ ਦੂਜਾ ਕੁਸ਼ਚਨ ਦੇਖਦੇ, ਦੂਜਾ ਕਿੱਥੇ ਆ, ਆ ਰਿਹਾ ਯੂਵੀ ਲਾਈਟ। ਇਹ ਕੀ ਕਹਿੰਦੇ ਆ ਯੂਵੀ ਲਾਈਟ, ਠੀਕ ਹੈ, ਕਹਿੰਦਾ ਫੋਰ ਟ੍ਰੀਟਿੰਗ ਪੈਥੋਜੈਨਸ ਐਨ ਇੰਪ੍ਰੈਸਿਵ ਨਿਊਅਰ ਆਪਸ਼ਨ, ਇੱਕ ਅਲਟਰਾ ਵਾਇਲਟ ਜਿਹਨੂੰ ਯੂਵੀ ਲਾਈਟ ਕਹਿੰਦੇ ਨੇ, ਪਾਵਰਫੁੱਲ ਜਿਹੜੇ ਯੂਵੀ ਲਾਈਟ ਨੇ ਨਾ, ਹੈਜ਼ ਅ ਨੈਚੁਰਲ ਐਂਟੀ ਮਾਈਕ ਐਂਟੀ ਬੈਕਟੀਰੀਅਲ ਕੁਆਲਿਟੀਜ਼, ਸੋ ਦਿਸ ਪ੍ਰੋਸੈਸ ਸਿੰਪਲੀ ਰਿਕੁਆਇਰਸ ਵਾਟਰ ਟੂ ਬੀ ਸਬਜੈਕਟਡ ਟੂ ਅ ਸਫੀਸ਼ੀਐਂਟ ਸਟਰੈਂਥ ਆਫ ਯੂਵੀ ਲਾਈਟ ਐਜ਼ ਇਟ ਪਾਸਿਸ ਥਰੂ ਅ ਟ੍ਰੀਟਮੈਂਟ ਚੈਂਬਰ। ਸੌਖੀ ਭਾਸ਼ਾ 'ਚ ਕਹਿੰਦਾ ਲੇਜ਼ਰ ਲਾਈਟ ਵਰਗੀ ਹੁੰਦੀ ਆ, ਪਾਣੀ ਦੇ ਵਿੱਚੋਂ ਲੰਘਦੀ ਆ, ਬਸ ਇੰਨੀ ਤਿੱਖੀ ਹੁੰਦੀ ਆ, ਸਾਰਾ ਕੁਛ ਰਗੜ ਦਿੰਦੀ ਆ, ਕਿਹੜੇ ਜਰਮ ਕੁਛ ਨਹੀਂ ਛੱਡਦੀ ਹੈਗੀ। ਦ ਲਾਈਟ ਜਿਹੜੀ ਨਿਊਟਰਲਾਈਜ਼ਿਸ ਮੈਨੀ ਹਾਰਮਫੁਲ ਜਰਮਸ ਬਾਈ ਰਿਮੂਵਿੰਗ ਦੇਅਰ ਡੀ ਐਨ ਏ। ਬਾਬਾ ਜੀ, ਇਹ ਜਿਹੜੀ ਲਾਈਟ ਇੰਨੀ ਤਿੱਖੀ ਹੁੰਦੀ ਹੈ ਕਿ ਜਿਹੜੇ ਜਰਮਸ ਹੁੰਦੇ ਉਹਦੇ ਡੀ ਐਨ ਏ ਵੀ ਮਾਰ ਦਿੰਦੇ ਨੇ, ਵੀ ਜਰਮ ਦੁਬਾਰੇ ਕਦੇ ਦੁਬਾਰੀ ਨਾ ਬਣ ਸਕੇ, ਮਤਲਬ ਡੀ ਐਨ ਏ ਮਰ ਜਾਣਾ ਤਾਂ ਇਸ ਵਾਰ ਕਿ ਦੁਬਾਰੇ ਉਹ ਚੀਜ਼ ਪੈਦਾ ਹੀ ਨਾ ਹੋ ਸਕੇ। ਦੈਟਸ ਇਟ। ਚਲੋ ਓਵਰਆਲ ਕੀ ਹੈ, ਪਾਣੀ ਦੇ ਵਿੱਚ ਇੱਕ ਲਾਈਟ ਵੱਜੂ ਅਤੇ ਲਾਈਟ ਇੰਨੀ ਤਿੱਖੀ ਵੱਜੂ, ਜਰਮ ਚ ਥੜੇ ਹਟਾ ਦੂ, ਜਰਮਸ ਦੇ ਕਹਿਣ ਦਾ ਮਤਲਬ ਹੈ ਮੁੜ ਕੇ ਜਰਮ ਦੁਬਾਰੇ ਪੈਦੇ ਨਹੀਂ ਹੋਣਗੇ। ਇੱਕ ਨੂੰ ਮੈਂ ਪੁੱਛਿਆ, ਮੈਂ ਕਿਹਾ ਪਹਿਲਾਂ ਐਂਸਰ ਲਾ ਲਈ ਫਿਰ ਦੱਸਦਾ ਕੀ ਪੁੱਛਿਆ। ਦੇਖੋ ਆਪਾਂ ਨੂੰ ਪਤਾ ਕਿ 8th ਆਲਰੇਡੀ ਹੋ ਗਿਆ ਅਤੇ 11th ਹੋ ਗਿਆ, ਇਹ ਸਾਰੇ ਮਿਨਰਲ ਬਿਲਕੁਲ ਵੀ ਨਹੀਂ, ਇਹ ਟਰਾਂਸਪੋਰਟ ਪਾਣੀ ਬਿਲਕੁਲ ਵੀ ਨਹੀਂ, ਐਮਰਜੈਂਸੀ ਬਿਲਕੁਲ ਵੀ ਨਹੀਂ, ਤਾਂ ਇੱਕ 9th ਬਚ ਗਿਆ। ਇਟ ਪ੍ਰੀਵੈਂਟ ਬੈਕਟੀਰੀਆ ਫਰੋਮ ਰੀਪ੍ਰੋਡਿਊਸਿੰਗ, ਦੁਬਾਰੇ ਰੀਪ੍ਰੋਡਿਊਸ ਹੋਣ ਤੋਂ ਬਚਾਉਂਦੇ। ਹਾਂ ਆਪਾਂ ਨੇ ਪੜ੍ਹਿਆ ਸੀਗਾ ਰੀਪ੍ਰੋਡਿਊਸ ਨਹੀਂ ਹੋਊਗਾ ਨਾ, ਯਾਦ ਹੈ ਨਾ, ਰੀਪ੍ਰੋਡਿਊਸ ਕਿਵੇਂ, ਡੀ ਐਨ ਏ ਮਰ ਗਿਆ ਤਾਂ ਦੁਬਾਰੇ ਉਹ ਪੈਦਾ ਨਹੀਂ ਹੋਣਗੇ। ਤਾਂ ਇਹ ਕਿਹੜਾ ਸੀਗਾ, ਯੂਵੀ ਅਲਟਰਾ ਲਾਈਟ, ਅਤੇ ਮੈਨੂੰ ਲੱਗਦਾ ਬੀ 'ਤੇ ਸੀਗਾ, ਹਾਂ ਆ ਰਿਹਾ ਬੀ, ਆਪਾਂ ਚੁੱਪ ਕਰਕੇ ਇਹਦਾ ਐਂਸਰ ਲਾ ਲਿਆ ਬੀ, ਅਤੇ ਬੀ ਇਕੱਲਾ ਹੀ ਆਏਗਾ, ਕੋਈ ਗੱਲ ਨਹੀਂ ਫਿਰ, ਕਿਉਂਕਿ ਦੋ ਆਪਸ਼ਨ ਹੋਰ ਪਏ ਨੇ, ਮਤਲਬ ਐਵੇਂ ਪੜ੍ਹੋਗੇ ਨਾ, ਮੈਂ ਐਵੇਂ ਹੀ ਪੜ੍ਹਾਉਂਦਾ ਬਾਈ, ਮੇਰਾ ਤਾਂ ਆਹ ਤਰੀਕਾ ਹੈਗਾ ਜੇ ਕੋਈ ਮੇਰੇ ਕੋਲ ਪੜ੍ਹਦਾ ਹੈਗਾ। ਚਲੋ ਆਹ ਕੁਸ਼ਚਨ ਹੈਗਾ ਜਿਹੜਾ ਆਪਣਾ ਕਲੋਰੀਨੇਸ਼ਨ ਹੈ, ਇੱਕ ਲਾਈਨ ਇਹਦੇ ਪਹਿਲਾਂ ਹੀ ਆ, ਜਿਹੜਾ ਓਵਰਆਲ ਇਫੈਕਟ ਹੈ ਨਾ ਯੂਵੀ ਲਾਈਟ ਟ੍ਰੀਟਮੈਂਟ ਦਾ ਉਹ ਵੇਰੀਏਬਲ ਹੈ, ਹਾਊਐਵਰ ਵਿੱਚ ਲੀਵਸ ਮੈਨੀ ਮਿਊਨਸੀਪਲ ਵਾਟਰ ਟ੍ਰੀਟਮੈਂਟ ਪ੍ਰੋਸੈਸ ਰਿਲਾਇੰਗ ਔਨ ਦਾ ਕਲੋਰੀਨੇਸ਼ਨ। ਓਕੇ, ਇੱਕ ਕਲੋਰੀਨੇਸ਼ਨ ਜਿਵੇਂ ਮੈਨੂੰ ਲੱਗਦਾ ਸਵਿਮਿੰਗ ਪੂਲ ਦੇ ਵਿੱਚ ਕਲੋਰਾਈਡ ਨਹੀਂ ਪਾ ਦਿੰਦੇ ਆਪਾਂ, ਉਹਦੇ ਨਾਲ ਪਾਣੀ ਥੋੜ੍ਹਾ ਸਾਫ਼ ਰਹਿੰਦਾ, ਇਹਦਾ ਕੰਮ ਕੀ ਆ,
ਇਟ ਪਾਵਰਫੁਲ ਐਂਡ ਕੰਪਰੀਹੈਂਸਿਵ ਐਂਟੀ ਮਾਈਕਰੋਬਲ ਇਫੈਕਟ ਨੋਟ ਵਿਦ ਸਟੈਂਡਿੰਗ ਕਲੋਰੀਨੇਸ਼ਨ ਇਜ਼ ਆਲਸੋ ਐਕਸਟ੍ਰੀਮਲੀ ਇਨਐਕਸਪੈਂਸਿਵ, ਕੋਈ ਮਹਿੰਗਾ ਨਹੀਂ ਹੈਗਾ, ਇਹ ਸਸਤਾ ਪ੍ਰੋਸੀਜਰ ਹੈ, ਐਂਡ ਰੀਮੇਨਸ ਦ ਓਨਲੀ ਐਂਟੀ ਮਾਈਕਰੋਬਲ ਟ੍ਰੀਟਮੈਂਟ ਕੈਪੇਬਲ ਟੂ ਐਨਸ਼ੋਰਿੰਗ ਵਾਟਰ ਰੀਮੇਨਸ ਕੰਟੈਮੀਨੇਟ ਫਰੀ ਆਲ ਦਾ ਵੇ ਥਰੂ ਦਾ ਪਾਈਪਸ ਐਂਡ ਦ ਟੈਪਸ ਆਫ ਦ ਡੋਮੈਸਟਿਕ ਹੋਮਸ। ਵੈਰੀ ਗੁੱਡ। ਸ਼ਹਿਰ ਦੇ ਵਿੱਚ ਨਾ ਇੱਕ ਬਹੁਤ ਵੱਡੀ ਟੈਂਕੀ ਬਣੀ ਹੁੰਦੀ ਆ, ਉਹ 'ਚੋਂ ਪਾਣੀ ਜਾਂਦੇ 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 ਅਤੇ ਸਾਡੇ ਘਰ ਦੀਆਂ ਟੂਟੀਆਂ 'ਚ ਆਉਂਦਾ ਹੈਗਾ, ਉੱਥੇ ਟੈਂਕੀ 'ਚ ਕਲੋਰੀਨੇਸ਼ਨ ਪਾ ਦਿੰਦੇ ਕਿ ਜਿਹੜਾ ਪਾਣੀ ਹੈ ਨਾ ਪਾਈਪਾਂ 'ਚੋਂ ਜਾਂਦਾ ਜਾਂਦਾ ਰਾਹ 'ਚ ਪੋਲਿਊਟਡ ਨਾ ਹੋਵੇ। ਇੱਕ ਤਾਂ ਇਹਦਾ ਆਹ ਕੰਮ ਹੈ। ਮੈਨੀ ਮੈਂਬਰ ਆਫ ਦ ਪਬਲਿਕ ਰਿਮੇਨ ਸਸਪੀਸ਼ੀਅਸ ਆਫ ਅ ਵਾਟਰ ਦੈਟ ਹੈਜ਼ ਬੀਨ ਟ੍ਰੀਟਡ ਵਿਦ ਸੱਚ ਹਾਰਸ਼ ਕੈਮੀਕਲ। ਲੋੜ ਨਹੀਂ ਹੈਗੀ। ਇਟ ਈਜ਼ ਟੂ ਯੂਜ਼ ਐਂਡ ਅਫੋਰਡੇਬਿਲਟੀ ਹੈਜ਼ ਮੀਨਟ ਦ ਕਲੋਰੀਨ, ਜਿਹੜਾ ਕਲੋਰਾਈਨ ਹੈ often plays an important role in making tainted water supplies safe for consumption immediately after natural disaster have occurred. ਕਈ ਵਾਰ ਕੁਦਰਤੀ ਆਫਤਾਂ ਆ ਜਾਂਦੀਆਂ ਨੇ ਨਾ, ਪਾਣੀ ਉਦੋਂ ਖਰਾਬ ਹੋ ਜਾਂਦਾ ਨਾ ਜੋ 'ਚ ਤੁਸੀਂ ਕਲੋਰਾਈਡ ਜਾਂ ਕਲੋਰੀਨੇਸ਼ਨ ਜੋ ਵੀ ਪਾਇਆ ਹੋਊਗਾ ਨਾ ਤਾਂ ਪਾਣੀ ਸਾਫ਼ ਰਹੂਗਾ। ਇਹਦੇ ਦੋ ਫਾਇਦੇ ਦੱਸਦੇ ਨੇ, ਕਿਹੜੇ ਕਿਹੜੇ? ਇੱਕ ਤਾਂ ਇਹ 'ਚ ਜੇ ਕੰਟੈਮੀਨੇਟ ਜਿਹੜਾ ਪੋਲਿਊਟਡ ਹੁੰਦਾ ਹੈ ਉਹ ਫਰੀ ਹੁੰਦਾ ਹੈ, ਪਾਈਪਾਂ ਤੋਂ ਲੈ ਕੇ ਆਪਣੇ ਘਰ ਦੀਆਂ ਟੂਟੀਆਂ ਤੱਕ ਪਾਣੀ ਸਾਫ਼ ਸੁਥਰਾ ਹੁੰਦਾ ਇਹ, ਅਤੇ ਦੂਜਾ ਇਹਨੂੰ ਯੂਜ਼ ਕਰਨਾ ਵਧੀਆ ਹੁੰਦਾ ਹੈਗਾ ਕਿਉਂਕਿ ਇੱਕ ਤਾਂ ਮਹਿੰਗਾ ਨਹੀਂ ਹੈਗਾ, ਇਹ ਸਪਲਾਈ ਸੇਫ ਹੁੰਦੀ ਹੈ, ਜਦੋਂ ਨੈਚੁਰਲ ਡਿਜ਼ਾਸਟਰ ਆਉਂਦੀ ਹੈ ਤਬਾਹੀ ਆਉਂਦੀ ਹੈ ਉਦੋਂ ਅਸੀਂ ਪਾਣੀ ਨੂੰ ਸਾਫ਼ ਸੁਥਰਾ ਇਹਦੇ ਥਰੂ ਕਰ ਸਕਦੇ ਹਾਂ। ਦੈਟਸ ਇਟ। ਹੁਣ ਆਪਾਂ ਨੂੰ ਪਹਿਲਾਂ ਤਾਂ ਕੁਸ਼ਚਨਸ ਕੱਢ ਲਈ ਕਿਹੜੇ ਕਿਹੜੇ ਹੋ ਗਏ। 8ਵੇਂ ਆਂਸਰ ਮੇਰਾ ਏ ਹੈ, 11ਵੇਂ ਆਂਸਰ ਮੇਰਾ ਏ ਹੈ, 9ਵੇਂ ਆਂਸਰ ਮੇਰਾ ਬੀ ਹੈ। ਇਹ ਤਾਂ ਹੁਣ ਤੱਕ ਹੋ ਚੁੱਕਿਆ ਸੀ। ਚਲੋ, ਇਟ ਰਿਮੂਵਸ ਆਲ ਮਿਨਰਲ, ਇਹ ਤਾਂ ਮੈਂ ਕੋਈ ਗੱਲ ਹੀ ਨਹੀਂ ਕਰੀ, ਸਾਰੇ ਮਿਨਰਲ ਨਹੀਂ। ਹੁਣ ਆ ਰਹੇ ਗਏ ਦੋ ਆਪਸ਼ਨ। ਇਟ ਇਜ਼ ਪਰਟੀਕੁਲਰਲੀ ਯੂਜ਼ਫੁਲ ਡਿਊਰਿੰਗ ਐਮਰਜੈਂਸੀ, ਬਿਲਕੁਲ ਸਹੀ ਹੈ, ਐਮਰਜੈਂਸੀ 'ਚ ਯੂਜ਼ ਹੁੰਦਾ, ਜਦੋਂ ਨੈਚੁਰਲ ਡਿਜ਼ਾਸਟਰ ਆ ਗਿਆ ਤਾਂ ਐਮਰਜੈਂਸੀ ਆ ਗਈ ਨਾ ਬਾਬੇ, ਤਾਂ ਐਂਸਰ ਸੀ ਆ ਗਿਆ। ਇਟ ਕੰਟੀਨਿਊ ਟੂ ਪ੍ਰੋਟੈਕਟ ਦਾ ਵਾਟਰ ਐਜ਼ ਬੀਂਗ ਟਰਾਂਸਪੋਰਟਡ, ਬਿਲਕੁਲ ਸੀ ਆ ਗਿਆ, ਪਾਣੀ ਦੀ ਟੈਂਕੀ ਤੋਂ ਘਰ ਦੀਆਂ ਟੂਟੀਆਂ ਤੱਕ ਉਹ ਟਰਾਂਸਪੋਰਟ ਪਾਣੀ ਪਾਈਪ 'ਚੋਂ ਹੀ ਆ ਰਿਹਾ ਹੈਗਾ। ਚੁੱਪ ਕਰਕੇ ਐਂਸਰ ਦੋਨੇ ਸੀ ਆ ਗਏ। ਹੁਣ ਲਾਸਟ 'ਤੇ ਮੇਰੇ ਕੋਲ ਕੀ ਬਚ ਗਿਆ? ਇੱਕ ਦਸਵਾਂ, ਇਹਦਾ ਤਾਂ ਐਂਸਰ ਡੀ ਆਊਗਾ ਕਿਉਂਕਿ ਇਹ ਸਾਰੇ ਮਿਨਰਲ ਨੇ, ਪਾਰਟੀਕਲਸ ਜਿਹੜੇ ਉਹ ਕਰਦੇ ਆ। ਮੈਂ ਤੁਹਾਨੂੰ ਹੈਲਪ ਕਰਦਾ ਨਾ, ਕਈ ਵਾਰ ਐਵੇਂ ਕਿਵੇਂ ਆਊਗਾ? ਹਲੋ, ਆ ਰਿਹਾ ਨਾ, ਕਹਿੰਦਾ ਆ ਜਿਹੜਾ ਡਿਸਟੀਲੇਸ਼ਨ ਹੈ ਨਾ, ਸਮ ਵਾਟਰ ਆਲਸੋ ਅੰਡਰਗੋ ਡਿਸਟੀਲੇਸ਼ਨ, ਦਿਸ ਇਨਵੋਲਵਸ ਵਾਟਰ ਬੀਂਗ ਬੋਇਲਡ ਅੰਟਿਲ ਇਟ ਕਨਵਰਟ ਟੂ ਸਟੀਮ। ਪਤਾ ਕੀ ਕਰਦੇ ਨੇ, ਇਹ 'ਚ ਪਾਣੀ ਨੂੰ ਨਾ ਉਬਾਲਦੇ ਨੇ ਜਦੋਂ ਤੱਕ ਪਾਣੀ ਦੀ ਭਾਫ਼ ਨਹੀਂ ਬਣਦੀ। ਓਕੇ, ਵਿਚ ਦੈਨ ਪਾਸਿਸ ਥਰੂ ਅ ਕੂਲਿੰਗ ਟਿਊਬ ਐਂਡ ਬਿਕਮਸ ਅ ਵਾਟਰ ਅਗੇਨ। ਵੈਰੀ ਗੁੱਡ। ਪਾਣੀ ਨੂੰ ਪਹਿਲਾਂ ਉਬਾਲਿਆ, ਉਹਦੀ ਭਾਫ਼ ਬਣਾਉਣੀ, ਉਸ ਭਾਫ਼ ਨੂੰ ਇੱਕ ਪਾਈਪ 'ਚੋਂ ਕੱਢਿਆ ਅਤੇ ਫਿਰ ਦੁਬਾਰੇ ਪਾਣੀ ਬਣਾ ਲਿਆ, ਇੱਕ ਪ੍ਰੋਸੈਸ ਹੈ। ਟੋਕਸਿਕ ਕੰਪਾਊਂਡਸ ਇੰਪਿਉਰਿਟੀ ਸੱਚ ਐਜ਼ ਅ ਹੈਵੀ ਮੈਟਲ ਹੈ ਨਾ ਜਿਹੜਾ, ਉਹ ਪਿੱਛੇ ਰਹਿ ਜਾਂਦਾ ਜੋ ਵੀ ਹੈ। ਸਟੀਮਡ ਵਾਟਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਪਾਣੀ ਨੂੰ ਸਾਫ਼ ਕਰਦਾ। ਅਨਫੋਰਚੂਨੇਟਲੀ ਕੀ ਹੈ, ਡਿਸਟੀਲੇਸ਼ਨ ਇਕਿਉਪਮੈਂਟ ਹੈ ਜਿਹੜਾ ਆਲਸੋ ਰਿਮੂਵ 14 ਟਾਈਪ ਆਫ ਬੈਨੀਫਿਸ਼ੀਅਲ ਮਿਨਰਲ, ਪਰ ਇਹ ਇੰਨੀ ਸਫਾਈ ਕਰਦਾ ਹੈਗਾ ਕਿ ਜਿਹੜੇ ਪਾਣੀ ਦੇ ਵਿੱਚ 14 ਤਰ੍ਹਾਂ ਦੇ ਬੈਨੀਫਿਸ਼ੀਅਲ ਮਿਨਰਲ ਹੁੰਦੇ ਨੇ ਨਾ, ਇਹ ਉਹਨੂੰ ਵੀ ਮਾਰ ਦਿੰਦੇ। ਇੱਥੇ ਆਪਾਂ ਨੂੰ ਪਤਾ ਸੀ ਨਾ, ਆ ਰਿਹਾ ਇਟ ਰਿਮੂਵ ਇਜ਼ ਆਲ ਮਿਨਰਲ। ਹੁਣ ਤੁਸੀਂ ਚੁੱਪ ਕਰਕੇ ਆਂਸਰ ਦੇਖ ਲਓ, ਕੋਈ ਗੱਲ ਨਹੀਂ ਹੈਗੀ। ਆਪਾਂ ਨੂੰ ਪਤਾ ਹੈ ਕਿ 8ਵੇਂ ਦਾ ਆਂਸਰ ਏ, 11ਵੇਂ ਦਾ ਏ, 9ਵੇਂ ਦਾ ਬੀ, ਇਹਦਾ ਡੀ, ਇਹਦਾ ਸੀ ਅਤੇ ਇਹਦਾ ਸੀ। ਮੈਂ ਤੁਹਾਨੂੰ ਕਿਹਾ ਸੀ ਨਾ ਆਪਣੇ ਕੋਲ 4 ਆਪਸ਼ਨ ਨੇ, 6 ਕੁਸ਼ਚਨ ਨੇ, ਤਾਂ ਇਹਦੇ 'ਚ ਕੀ ਹੋਇਆ, ਜਿਹੜਾ ਏ ਹੈ ਉਹ 2 ਵਾਰ ਆਇਆ, ਸੀ ਹੈ ਜਿਹੜਾ ਉਹ 2 ਵਾਰ ਆਇਆ, ਮਤਲਬ 2 ਅਤੇ 2 4 ਅਤੇ 1 5 ਅਤੇ 1 6, 6 ਨਾਲ 6 ਬਰਾਬਰ ਹੋ ਗਏ। ਇਹਨੂੰ ਕਹਿੰਦੇ ਨੇ ਆਇਲਸ ਰੀਡਿੰਗ। ਜੇ ਤੁਸੀਂ ਐਵੇਂ ਪੜੋਗੇ ਕੌਣ ਫੇਲ ਕਰ ਦੂਗਾ ਤੁਹਾਨੂੰ? ਅਤੇ ਤੁਸੀਂ ਇਹ ਦੇਖੋ ਮੈਂ ਕਿੰਨੀ ਸਪੀਡ 'ਚ ਪੜ੍ਹਾਇਆ ਨਾ, ਅਤੇ ਮੈਂ ਉਹ ਗੱਲ ਦੱਸ ਰਿਹਾ ਸੀ, ਮੈਂ ਇੱਕ ਜਵਾਕ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਆਂਡੇ ਖਾ ਲੈਂਦੇ ਹੋ? ਐ ਨਾ, ਇਹ ਅਸੀਂ ਤਾਂ ਆਂਡਿਆਂ ਦੇ ਨਾ ਮਾਂ ਪਿਓ ਵੀ ਖਾ ਲੈਂਦੇ ਹਾਂ। ਮੈਂ ਕਿਹਾ ਕੀ ਕਹਿਣਾ, ਮੁਰਗਾ ਮੁਰਗੀ, ਉਹ ਮੈਂ ਤੇਰਾ ਭਲਾ ਹੋ ਜੇ ਹੈ। ਅਤੇ ਇੱਕ ਗੱਲ ਹੋਰ ਯਾਦ ਰੱਖਿਓ, ਮੈਂ ਜ਼ਰੂਰੀ ਅਨਾਊਂਸਮੈਂਟਸ ਕਿਹੜੀਆਂ ਕਿਹੜੀਆਂ ਨੇ। ਨੰਬਰ 1, ਮੇਰੀ ਬੁੱਕ, ਪਲੀਜ਼ 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 ਸਟੂਡੈਂਟ ਸਾਰੇ ਪਾਸੇ ਰੌਲਾ ਪਾ ਦਿਓ ਕਿ ਰਮਨ ਦੀ ਬੁੱਕ ਆ ਰਹੀ ਆ, ਅਤੇ ਮੈਂ ਕਮਾਲ ਦੀ ਬੁੱਕ ਤੁਹਾਨੂੰ ਇੱਕ ਸੈਂਪਲ ਦਿਖਾ ਦਾਂ। ਨਹੀਂ, ਸਰਪ੍ਰਾਈਜ਼।
ਅਗਲੀ ਵੀਡੀਓ 'ਚ ਦਿਖਾਊਂਗਾ ਸੈਂਪਲ, ਠੀਕ ਹੈ ਪੱਕਾ, ਮੇਰੇ ਕੋਲ ਬੜੀ ਪੀ ਹੈ ਡੈਸਕਟੋਪ 'ਤੇ। ਅਤੇ ਜਿਹੜੇ ਜਿਹੜੇ ਬੱਚੇ ਆਈਲਸ ਦੀ ਤਿਆਰੀ ਕਰਦੇ ਆ, ਨੈਵਰ ਫੋਰਗੈਟ ਬੇਬੀ ਕੋਡ ਆਈਲਸ, ਇਹ ਮੇਰਾ ਐਪਲੀਕੇਸ਼ਨ ਹੈ ਅਤੇ ਮੈਂ ਹਮੇਸ਼ਾ ਇਹਦੇ ਬਾਰੇ ਤੁਹਾਨੂੰ ਦੱਸਦਾ ਵੀ ਹੁੰਦਾ ਨਾ, ਜਿਹੜੇ ਬੱਚੇ ਜ਼ਿਆਦਾ ਪੈਸੇ ਨਹੀਂ ਦੇ ਪਾਉਂਦੇ ਉਹਨਾਂ ਨੂੰ ਮਟੀਰੀਅਲ ਨਹੀਂ ਇਕੱਠਾ ਹੁੰਦਾ, ਬੇਬੀ ਕੋਡ ਐਪਲੀਕੇਸ਼ਨ ਉਹਨਾਂ ਬੱਚਿਆਂ ਦੇ ਲਈ ਓਨਲੀ 349 ਰੁਪਏ ਦੇ ਵਿੱਚ ਪਰ ਮੰਥ ਆਈਲਸ, ਤੁਹਾਨੂੰ ਪੂਰਾ ਮਟੀਰੀਅਲ ਪਲੱਸ ਸਪੀਕਿੰਗ ਜਿੰਨੇ ਮਰਜ਼ੀ ਵਾਰ ਤੁਸੀਂ ਇੱਥੇ ਪ੍ਰੈਕਟਿਸ ਕਰੋ, ਤੁਹਾਨੂੰ ਬੈਂਡ ਸਕੋਰ, ਤੁਹਾਡੀਆਂ ਮਿਸਟੇਕਸ, ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ। ਰਾਈਟਿੰਗ ਦੇ ਤੁਹਾਨੂੰ ਇੱਥੇ ਟੋਪਿਕ ਮਿਲਣਗੇ। ਅਤੇ ਇੱਕ ਗੱਲ ਹੋਰ ਯਾਦ ਰੱਖਿਓ, ਇਨ ਫਿਊਚਰ ਦੇ ਵਿੱਚ ਮੇਰੀ ਰਾਈਟਿੰਗ ਦੇ ਬੁੱਕ ਮੈਂ ਬੇਬੀ ਕੋਡ 'ਤੇ ਬਿਲਕੁਲ ਫਰੀ ਅਪਲੋਡ ਕਰੂੰਗਾ, ਯਾਦ ਰੱਖਿਓ। ਰੀਡਿੰਗ ਵੀ ਮਿਲੇਗੀ ਅਤੇ ਲਿਸਨਿੰਗ ਵੀ ਮਿਲੇਗੀ, ਅਤੇ ਲਿਸਨਿੰਗ ਬਿਨਾਂ ਐਡ ਤੋਂ ਮਿਲੇਗੀ। ਅਤੇ ਇਹ 'ਚ ਹੋਰ ਵੀ ਬਹੁਤ ਸਾਰੇ ਫੀਚਰ ਨੇ, ਲਾਈਕ ਨਿਊਜ਼ ਸੁਣਦੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਕਹਿਤੀ ਸਾਫ ਜੀ, ਜੇ ਘਰ ਬੈਠੇ ਆਇਲਸ ਕਰ ਰਹੇ ਹੋ ਜਾਂ ਕਿਸੇ ਇੰਸਟੀਟਿਊਟ ਤੋਂ ਆਇਲਸ ਕਰ ਰਹੇ ਹੋ, ਸਮਝ ਨਹੀਂ ਆ ਰਿਹਾ ਨਾ, ਇੱਕ ਵਾਰ ਬੇਬੀ ਕੋਡ ਡਾਊਨਲੋਡ ਕਰਦੀ ਹੋ ਅਤੇ ਇੱਕ ਪਾਸੇ ਭਾਵੇਂ ਤੁਸੀਂ ਜਿਹੜੀ ਮਰਜ਼ੀ ਐਪਲੀਕੇਸ਼ਨ ਡਾਊਨਲੋਡ ਕਰਦੀ ਹੋ, ਕੰਪੈਰੀਜ਼ਨ ਕਰਦੀ ਹੋ, ਅਤੇ ਮੈਂ ਭਰੋਸਾ ਦਿੰਦਾ ਇਸ ਤੋਂ ਸਸਤਾ ਅਤੇ ਇਸ ਤੋਂ ਬੈਸਟ ਤੁਹਾਡੇ ਲਈ ਕੁਛ ਵੀ ਨਹੀਂ ਹੋਊਗਾ। ਇਹ ਮੇਰੀ ਜ਼ੁਬਾਨ ਹੈ, ਠੀਕ ਹੈ। ਅਤੇ ਮੇਰਾ ਪ੍ਰੋਮੋ ਕੋਡ ਹੈ ਰਮਨ 0007, ਆਹ ਯਾਦ ਰੱਖਿਓ। ਜੇ ਇਹ ਟਾਈਪ ਕਰੋਗੇ ਤਾਂ ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਯੂਟਿਊਬ 'ਤੇ ਨੇ ਉਹ ਵੀ ਮਿਲਣਗੀਆਂ। ਅਤੇ ਮੈਨੂੰ ਉਮੀਦ ਹੈ ਅੱਜ ਮੈਂ ਜਿੰਨਾ ਪੜ੍ਹਾਇਆ ਸਪੀਡ 'ਚ ਪੜ੍ਹਾਇਆ, ਪਰ ਵਧੀਆ ਪੜ੍ਹਾਇਆ। ਜੇ ਚੰਗਾ ਲੱਗਿਆ ਕਮੈਂਟ ਕਰਕੇ ਜਾਈਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਖਸਮੋ 1 ਮਿਲੀਅਨ 'ਤੇ ਕੰਮ ਬੜਿਆ ਪਿਆ, ਗੋਲਡਨ ਟਰਾਫੀ ਫੜਾ ਦਿਉ। ਸਾਰਿਆਂ ਨੂੰ ਬਹੁਤ ਪਿਆਰ, ਗਲਤੀ ਮਲਤੀ ਮਾਫ਼ ਕਰੀਏ। ਥੈਂਕ ਯੂ ਸੋ ਮੱਚ।